ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਪ ਤੁਸੀਂ ਸਾਰਿਆਂ ਨੇ ਚੰਗੇ ਹੋਵੋਗੇ, ਠੀਕ ਠਾਕ ਹੋਵੋਗੇ। ਅੱਜ ਅਸੀਂ ਆਏ ਹਾਂ KPU। ਮੇਰੇ ਨਾਲ ਮੇਰੀ ਫਰੈਂਡ ਹੈ KPU ਕੁਆਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ, ਜਿੱਥੇ ਆਪਾਂ ਪੜ੍ਹਦੇ ਹਾਂ ਇਹ ਵੀ ਅਤੇ ਮੈਂ ਵੀ। ਬਟ ਅੱਜ ਅਸੀਂ ਜੋ ਬੇਸਿਕਲੀ ਕਰਨ ਆਏ ਹਾਂ ਇੱਥੇ, ਉਹ KPU ਕਾਰਡ ਲੈਣ ਆਏ ਹਾਂ। ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿੱਦਾਂ KPU ਕਾਰਡ ਅਪਲਾਈ ਕੀਤਾ ਸੀਗਾ ਮੈਂ, ਅਤੇ ਉਹ ਕਦੋਂ ਤੱਕ ਮੈਨੂੰ, ਹੁਣ ਕਿੰਨੇ ਟਾਈਮ ਤੱਕ ਮੈਨੂੰ ਮਿਲ ਗਿਆ। ਸੈਕਿੰਡਲੀ ਜਿਹੜਾ ਆ ਅਸੀਂ ਵੈਲਕਮ ਬੋਕਸ ਲੈਣ ਆਏ ਹਾਂ ਇੱਥੇ। ਮੇਰਾ ਓਰੀਐਂਟੇਸ਼ਨ ਜਦੋਂ ਹੋਈ ਸੀਗੀ, ਵਰਚੁਅਲ ਓਰੀਐਂਟੇਸ਼ਨ ਸੀ, ਤਾਂ ਜਿਹੜੇ ਤਾਂ ਇੱਥੇ ਸੀਗੇ ਉਹਨਾਂ ਨੇ ਤਾਂ ਉਸੇ ਟਾਈਮ ਲੈ ਲਿਆ ਸੀ। ਬਟ ਮੈਂ ਹੁਣ ਅੱਜ ਉਹ ਪਿੱਕ ਕਰਨਾ, ਦੇਖਦੇ ਹਾਂ ਮਿਲਦਾ ਕਿ ਨਹੀਂ, ਅਤੇ ਜੇ ਮਿਲਿਆ ਇਹ ਵੀ ਦਿਖਾਵਾਂਗੇ ਉਹਦੇ ਵਿੱਚ ਕੀ ਹੁੰਦਾ। ਆ ਜੀ ਯੂਨੀਵਰਸਿਟੀ, ਰਾਈਟ, ਇਹ ਸਾਰਾ ਕੁਛ ਏਰੀਆ ਆ ਇਹਦਾ। ਮੈਂ ਫਸਟ ਟਾਈਮ ਆਈ ਹਾਂ ਇੱਥੇ, ਮੈਂ ਵੀਡੀਓਜ਼ ਦੇ ਵਿੱਚ ਦੇਖਿਆ ਸੀ, ਕਿਉਂਕਿ ਜਦੋਂ ਮੈਂ ਐਡਮਿਸ਼ਨ ਲੈਣੀ ਸੀ ਤਾਂ ਮੈਂ ਇਹਦੀਆਂ ਵੀਡੀਓਜ਼ ਬਹੁਤ ਦੇਖੀਆਂ, ਸਾਰਾ ਸਰਚ ਕੀਤਾ ਸੀ ਇਹਦੇ ਬਾਰੇ। ਅਤੇ ਹੁਣ ਦੇਖਦੇ ਹਾਂ ਕਿਵੇਂ ਦੀ ਆ, ਅੰਦਰੋਂ ਬਾਹਰੋਂ ਫੈਸਿਲਿਟੀਜ਼ ਕਿੱਦਾਂ ਦੀਆਂ, ਉਹ ਵੀ ਚੈੱਕ ਕਰਾਂਗੇ। ਦੇਖਦੇ ਇਹਦੇ ਵਿੱਚ ਕੀ ਹੈ, ਹੋਪ ਕਿ ਕੁਛ ਚੱਜਦਾ ਹੋਵੇ। ਉੱਥੇ ਬਹਿ ਕੇ ਦੇਖਦੇ ਹਾਂ, ਜੋ ਦੇਖਣਾ ਹੀ। ਕਿੱਦਾਂ ਖੁੱਲ੍ਹਣਾ ਇਹ, ਸਟਿੱਕਰ ਕਾਤੇ ਲਾਉਣੇ ਅਸੀਂ। ਆਹ ਕੀ ਹੈ, ਗਰਾਸ ਰੂਟਸ, ਓਕੇ। ਇਹ ਆਪਾਂ ਗਲਾਸ ਗਲੂਸ ਕੱਪ ਕੁੱਪ ਰੱਖਾਂਗੇ। ਲੈ ਲਓ ਜੀ, ਮਾਸਕ ਵੀ ਦਿੱਤਾ ਇਹਨਾਂ ਨੇ, ਵਾਹ ਦੈਟਸ ਗੁੱਡ। ਇਹ ਕੀ ਹੈ, ਵਟ ਇਜ਼ ਦਿਸ, ਇਹ ਕੀ ਚੱਕਰ ਹੈ, ਪਤਾ ਨਹੀਂ ਕੀ ਪਾਈਪ ਗਏ ਆ ਇਹ। ਘਰ ਜਾ ਕੇ ਆਪਾਂ ਚੰਗੀ ਤਰ੍ਹਾਂ ਦੇ ਆਪਰੇਸ਼ਨ ਕਰਕੇ ਦੇਖਾਂਗੇ। ਹਾਏ ਰੱਬਾ, ਮੈਨੂੰ ਗ੍ਰੀਨ ਹੀ ਦੇਣੀ ਸੀਗੀ, ਹੋਰ ਕੋਈ ਰੰਗ ਹੀ ਦੇ ਦਿੰਦੇ। ਗ੍ਰੀਨ ਟੀ ਸ਼ਰਟ KPU। ਆ ਕੀ ਹੈ, ਆਹ ਕੀ ਹੈ, ਖਾਣ ਨੂੰ ਵੀ ਕੁਛ ਮਿਲਿਆ ਵਾ। ਆਹ ਕੀ ਹੈ, ਸ਼ਾਇਦ ਕੋਈ ਇਲੈਕਟ੍ਰੋਨਿਕ ਚੀਜ਼ ਹੈ, ਇਹ ਚੱਲੂਗੀ। ਇਹਨੂੰ ਅਸੀਂ ਘਰ ਜਾ ਕੇ ਚਲਾ ਕੇ ਦੇਖਾਂਗੇ ਕੀ ਬਣਦਾ ਇਹਦਾ, ਰਾਈਟ। ਸੋ ਪੈਕ ਕਰ ਦਿੰਦੇ ਹਾਂ, ਨਿਕਲਿਆ ਤਾਂ ਵੈਸੇ ਖਾਸ ਕੁਛ ਨਹੀਂ ਹੈਗਾ ਇਹਦੇ 'ਚ, ਪਰ ਚਲੋ ਜੋ ਵੀ ਮਿਲਿਆ ਚੰਗਾ ਹੀ ਮਿਲਿਆ। ਚਲੋ ਹੁਣ ਅਸੀਂ ਇਹ ਕਾਰਡ ਜਿਹੜਾ ਬੋਕਸ ਹੈ ਰਿਸੀਵ ਕਰ ਲਿਆ। ਹੁਣ ਸਾਡਾ ਸੈਕਿੰਡ ਟਾਸਕ ਹੈ ਕਿ ਅਸੀਂ KPU ਕਾਰਡ ਜੋ ਕਿ ਮੈਂ ਔਨਲਾਈਨ ਅਪਲਾਈ ਕੀਤਾ ਸੀ ਉਹ ਹੁਣ ਰਿਸੀਵ ਕਰਨਾ ਆ। ਸੋ ਚਲੋ ਹੁਣ ਉਹ ਲੱਭਦੇ ਹਾਂ ਅਤੇ ਨਾਲੇ ਤੁਹਾਨੂੰ ਯੂਨੀਵਰਸਿਟੀ ਦਿਖਾਉਂਦੇ ਹਾਂ। ਗਾਈਸ, ਨਾਓ ਆਈ ਐਮ ਗੋਇੰਗ ਟੂ ਰਿਸੀਵ ਮਾਈ ਲਾਈਬ੍ਰੇਰੀ ਕਾਰਡ। ਦੇਖਦੇ ਹਾਂ ਕਿੱਦਾਂ ਦਾ ਹੁੰਦਾ ਅਤੇ ਉਹਦਾ ਕੀ ਬੈਨੀਫਿਟ ਹੈ ਸਾਨੂੰ, ਉਹ ਵੀ ਮੈਂ ਤੁਹਾਨੂੰ ਦੱਸੂੰਗੀ, ਠੀਕ ਹੈ, ਕਿ ਕੀ ਉਹਦਾ ਬੈਨੀਫਿਟ ਹੈ। ਬਿਕੋਜ਼ ਹੁਣ ਨੈਕਸਟ ਸਮੈਸਟਰ ਸ਼ੁਰੂ ਹੋਇਆ ਅਤੇ ਸਾਨੂੰ ਬਹੁਤ ਲੋੜ ਸੀ ਕਿ ਅਸੀਂ ਬੁੱਕਸ ਵੀ ਲੈਣੀਆਂ, ਇਸ ਕਰਕੇ ਲਾਈਬ੍ਰੇਰੀ ਕਾਰਡ ਦੀ ਲੋੜ ਪੈਣੀ ਸੀ। ਅਤੇ ਮੈਂ ਅਪਲਾਈ ਕੀਤਾ ਸੀ ਔਨਲਾਈਨ। ਅਪਲਾਈ ਕਰਨ ਦੇ ਲਈ ਮੈਂ ਉਹ ਵੀ ਤੁਹਾਨੂੰ ਦੱਸ ਦਿੰਦੀ ਹਾਂ ਅਪਲਾਈ ਕਿਵੇਂ ਕੀਤਾ। ਤੁਸੀਂ ਜਦੋਂ ਜੇ KPU ਦਾ ਸਟੂਡੈਂਟ ਦੀ ਮੈਂ ਗੱਲ ਕਰਦੀ ਹਾਂ, ਜੇ KPU 'ਚ ਹੀ ਪੜ੍ਹਦੇ ਹੋ ਤਾਂ
ਤੁਸੀਂ ਆਨਲਾਈਨ ਜਾ ਕੇ KPU ਲਾਇਬ੍ਰੇਰੀ ਕਾਰਡ ਜਾਂ ਫਿਰ KPU ਕਾਰਡ ਫਿਲ ਕਰ ਲਓ ਗੂਗਲ ਤੇ ਉਹ ਖੁੱਲ ਜਾਊਗਾ ਜਦੋਂ ਖੁੱਲੂਗਾ ਤਾਂ ਤੁਸੀਂ ਉਹਨੂੰ ਓਪਨ ਕਰਿਓ ਉਹਦੇ ਤੇ ਆ ਜਾਂਦਾ ਕਿ ਫਾਰਮ ਸਬਮਿਟ ਕਰਨਾ ਹੈ ਠੀਕ ਹੈ ਤੁਸੀਂ ਉਹ ਫਾਰਮ ਤੇ ਕਲਿੱਕ ਕਰਨਾ ਤੇ ਉਸ ਫਾਰਮ ਨੂੰ ਜੋ ਵੀ ਸਾਰੀ ਇਨਫੋਰਮੇਸ਼ਨ ਹੈ ਫਿਲ ਕਰਕੇ ਇੱਕ ਆਪਣੀ ਫੋਟੋ ਵੀ ਨਾਲ ਅਪਲੋਡ ਕਰਨੀ ਹੁੰਦੀ ਹੈ ਤੇ ਉਹ ਅਪਲੋਡ ਕਰਕੇ ਉਹ ਸਬਮਿਟ ਫਾਰਮ ਕਰ ਦੇਣਾ ਤੇ ਤੁਹਾਨੂੰ ਵਿਦਇਨ ਵੀਕ ਜਿਹੜਾ ਈਮੇਲ ਆ ਜਾਂਦੀ ਆ ਕਿ ਤੁਹਾਡਾ ਜਿਹੜਾ KPU ਕਾਰਡ ਹੈ ਉਹ ਰੈਡੀ ਹੈ ਪਿਕਅਪ ਦੇ ਲਈ ਬਸ ਇਹ ਹੈ ਕਿ ਇਹ ਸਾਨੂੰ ਖੁਦ ਪਿਕ ਕਰਨਾ ਪੈਂਦਾ ਹੈ ਅਤੇ ਇਹ ਮਤਲਬ ਡਿਲੀਵਰ ਨਹੀਂ ਹੁੰਦਾ ਠੀਕ ਹੈ ਹੁਣ ਅਸੀਂ ਤੁਹਾਨੂੰ ਕਾਰਡ ਲੈਂਦੇ ਫਿਰ ਤੁਹਾਨੂੰ ਦਿਖਾਉਂਦੇ ਹਾਂ कार्ड तुसी देख सकते हैं एक कार्ड मिलया ये ते फोटो लगी हुई है मेरी तो जो जो मैं इनफॉर्मेशन अपनी सबमिट की थी वो सारी ये स्टूडेंट नंबर हों को स्टूडेंट नंबर ये है तो ये बेनीफिट की आ कि असं लाइब्रेरी चो कोई बुक या बोरो कर सकते हैं एंड इस कोई भी फोटो कॉपी करनी है इतने लाइब्रेरी चो या वह भी इस कार्ड के हेल्प ना असं कर सकते हैं ਈਵਨ ਇਹ ਸਾਡਾ ਸਟੂਡੈਂਟ ਆਈਡੈਂਟੀਫਿਕੇਸ਼ਨ ਹੈ ਠੀਕ ਹੈ ਇਹਦੇ ਨਾਲ ਹੀ ਸਾਡੀ ਆਈਡੈਂਟੀਫਿਕੇਸ਼ਨ ਹੈ ਕਿ ਅਸੀਂ ਇੱਥੇ ਸਟੂਡੈਂਟ ਹਾਂ ਸੋ ਮਿਲ ਗਿਆ ਤੁਸੀਂ ਵੀ ਜੇ KPU ਆ ਰਹੇ ਹੋ ਤਾਂ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਬਟ ਜਦੋਂ ਤੁਸੀਂ ਇੱਥੇ ਆਓ ਉਦੋਂ ਹੀ ਅਪਲਾਈ ਕਰੋ ਕਿਉਂਕਿ ਪਿਕਅਪ ਕਰਨਾ ਪੈਂਦਾ ਹੈ ਸ਼ਿਪਿੰਗ ਨਹੀਂ ਹੁੰਦੀ ਹੈ ਓਕੇ ਜੀ ਫਰੈਂਡਸ ਇੱਥੋਂ ਅਸੀਂ ਆਪਣਾ ਜਿਹੜਾ ਆ ਕੋਈ ਵੀ ਬੁੱਕ ਲੈਣੀ ਆ ਉਹ ਅਸੀਂ ਲੈ ਸਕਦੇ ਹਾਂ ਅਸੀਂ ਜਦੋਂ ਜਾਣਾ ਆ ਉਹਨਾਂ ਨੇ ਸਾਨੂੰ ਗਾਈਡ ਕਰ ਦੇਣਾ ਕਿ ਕਿੱਥੇ ਤੁਸੀਂ ਜਾਣਾ ਆ ਬੁੱਕ ਵਾਸਤੇ ਜੇ ਬੁੱਕ ਅਸੀਂ ਬੋਰੋ ਕਰਨੀ ਲਾਇਬ੍ਰੇਰੀ ਤੋਂ ਇੱਥੇ ਸਰਚ ਕਰਕੇ ਦੇਖ ਲੈਂਦੇ ਆ ਔਥਰ ਨੇਮ ਵਗੈਰਾ ਸਾਰਾ ਫਿਰ ਪਤਾ ਲੱਗ ਜਾਂਦਾ ਬੁੱਕ ਅਵੇਲੇਬਲ ਹੈ ਔਨਲਾਈਨ ਹੈ ਜਾਂ ਫਿਰ ਇਨ ਸਟੋਕ ਵੀ ਹੈਗੀ ਉਹਨਾਂ ਤੋਂ ਤੁਸੀਂ ਇੱਦਾਂ ਇੱਥੋਂ ਬੁੱਕ ਲੈ ਸਕਦੇ ਜਾ ਕੇ ਰਾਈਟ I can't speak anything because it is library so you can see the books there are number of books and there are number of books that are available online you can check that ਫਰੈਂਡਸ ਜਿੱਦਾਂ ਕਿ ਸਾਨੂੰ ਬੁੱਕ ਜਿਹੜੀ ਆ ਮੈਨੂੰ ਨਹੀਂ ਮਿਲੀ ਉਹ ਮੇਰੀ ਬੁੱਕ ਔਨਲਾਈਨ ਅਵੇਲੇਬਲ ਸੀ ਅਤੇ ਉਹ ਫਰੀ ਔਫ ਰੀਡਿੰਗ ਅਸੀਂ ਫਰੀ ਕਰ ਸਕਦੇ ਹਾਂ ਫਰੀ ਔਫ ਕੋਸਟ ਹੈ ਉਹਦੀ ਕੋਈ ਕੋਸਟ ਨਹੀਂ ਆ ਅਤੇ ਤੁਸੀਂ ਇੱਦਾਂ ਰੀਡਿੰਗ ਵੀ ਕਰ ਸਕਦੇ ਹੋ ਇੱਥੇ ਵਨ ਮੋਰ ਫੈਸਿਲਿਟੀ ਦੈਟ KPU ਗਿਵਸ ਟੂ ਦਾ ਸਟੂਡੈਂਟਸ ਕਿ ਤੁਸੀਂ ਲੈਪਟੋਪ ਵੀ ਬੋਰੋ ਕਰ ਸਕਦੇ ਹਾਂ ਜੇਕਰ ਤੁਸੀਂ ਸਟੱਡੀ ਕਰਨੀ ਹੈ ਤੁਹਾਡੇ ਕੋਲ ਲੈਪਟੋਪ ਨਹੀਂ ਆ ਤਾਂ ਤੁਸੀਂ ਪੂਰੇ ਦਿਨ ਇੱਥੋਂ ਲੈਪਟੋਪ ਲੈ ਕੇ ਆਪਣਾ ਸਟੱਡੀ ਕਰ ਸਕਦੇ ਹਾਂ ਅਤੇ ਵਾਪਸ ਉਹਨੂੰ ਕਰ ਠੀਕ ਹੈ ਜੀ ਫਰੈਂਡਸ ਇਹ ਸਾਰਾ ਬਾਹਰ ਦਾ ਵਿਊ ਆ ਅਤੇ ਬਾਹਰ ਕਾਫੀ ਮਤਲਬ ਸਟੂਡੈਂਟਸ ਆ ਜਿਹੜੇ ਬੈਠ ਕੇ ਆਲੇ ਦੁਆਲੇ ਬੈਠ ਜਾਂਦੇ ਆ ਇੱਥੇ ਲੱਗੇ ਹੋਏ ਆ ਫਾਊਂਟੇਨਸ ਤਾਂ ਫਿਰ ਉਹਦੇ ਆਲੇ ਦੁਆਲੇ ਬੈਠ ਕੇ ਉਹ ਆਪਣਾ ਸਟੱਡੀ ਕਰ ਲੈਂਦਾ ਕੋਈ ਜਾਂ ਫਿਰ ਕੁਛ ਖਾਣਾ ਹੋਵੇ ਤਾਂ ਵੀ ਉਹ ਸਾਰੇ ਬੈਂਚਸ ਵਗੈਰਾ ਲੱਗੇ ਆ ਤੁਸੀਂ ਬੈਠ ਸਕਦੇ ਹਾਂ ਸਪੈਸ਼ਲੀ ਵਿੰਟਰਸ ਦੇ ਵਿੱਚ ਜਦੋਂ ਸਨਲਾਈਟ ਆਉਂਦੀ ਤਾਂ ਬਹੁਤ ਜ਼ਿਆਦਾ ਵਧੀਆ ਲੱਗਦਾ ਪੀਸਫੁੱਲ ਜਗ੍ਹਾ ਆ ਕਾਮ ਪਲੇਸ ਆ ਅਤੇ ਤੁਸੀਂ ਆਪਣਾ ਇੰਜੋਏ ਕਰ ਸਕਦੇ ਹਾਂ ਅਸੀਂ ਯੂਨੀਵਰਸਿਟੀ ਤੋਂ ਸਾਰਾ ਕੁਛ ਲੈ ਲਿਆ ਜੋ ਜੋ ਲੈਣਾ ਆਏ ਸੀ ਮੇਨਲੀ ਕੀ ਸੀ ਸਾਡਾ ਵੈਲਕਮ ਬੁੱਕਸ ਐਂਡ KPU ਕਾਰਡ ਸੋ ਉਹ ਅਸੀਂ ਰਿਸੀਵ ਕਰ ਲਿਆ ਤੁਹਾਨੂੰ ਦੱਸ ਦਿੱਤਾ KPU ਕਾਰਡ ਕਿੱਦਾਂ ਅਪਲਾਈ ਕਰਨਾ ਅਤੇ ਵੈਲਕਮ ਬੁੱਕਸ ਤੁਸੀਂ ਜਦੋਂ ਇੱਥੇ ਆਓਗੇ ਉਦੋਂ ਹੀ ਤੁਸੀਂ ਉਹਨੂੰ ਔਡਰ ਕਰ ਸਕਦੇ ਆ ਇੰਡੀਆ ਉਹ ਨਹੀਂ ਜਾ ਸਕਦਾ ਪਹੁੰਚਾ ਸਕਦੇ ਤੁਹਾਨੂੰ ਜੇ ਤੁਹਾਡਾ ਇੱਥੇ ਦਾ ਐਡਰੈਸ ਹੈ ਸ਼ਿਪਿੰਗ ਵੀ ਕਰਦੇ ਆ ਬਟ ਜੇ ਤੁਸੀਂ ਪਿੱਕ ਕਰ ਸਕਦੇ ਹੋ ਤੁਸੀਂ ਇਹਨੂੰ ਪਿੱਕ ਵੀ ਕਰ ਸਕਦੇ ਆ ਐਂਡ ਹੋਰ ਬੁੱਕਸ ਲੈਣੀਆਂ ਸੀ ਬੁੱਕਸ ਸਾਨੂੰ ਐਕਚੁਅਲੀ ਮਿਲੀਆਂ ਨਹੀਂ ਜਿਹੜੀਆਂ ਬੁੱਕਸ ਹੈਗੀਆਂ ਅਵੇਲੇਬਲ ਉਹ ਔਨਲਾਈਨ ਹੈ ਸੋ ਆਪਾਂ ਔਨਲਾਈਨ ਹੀ ਉਹਨੂੰ ਰੀਡ ਕਰ ਸਕਦੇ ਹਾਂ ਹੋਰ ਤਾਂ ਵੈਸੇ ਕੁਛ ਨਹੀਂ ਇੰਨਾ ਖਾਸ ਕਰਨਾ ਸੀ ਜਸਟ ਇਹੀ 3-4 ਕੰਮ ਸੀ ਜੋ ਮੇਨ ਉਹ ਕਰ ਲਏ ਅਤੇ ਹੁਣ ਚਲੋ ਤੁਹਾਨੂੰ ਯੂਨੀਵਰਸਿਟੀ ਦਿਖਾ ਦਿੰਦੇ ਹਾਂ ਕਿ ਕਿੱਦਾਂ ਦੀ ਆ ਅਸੀਂ ਵੀ ਦੇਖੀ ਅਤੇ ਅਸੀਂ ਵੀ ਦੇਖਾਂਗੇ ਅਤੇ ਤੁਹਾਨੂੰ ਵੀ ਦਿਖਾਵਾਂਗੇ ਆ ਜਾਓ ਥੈਂਕ ਯੂ
these are labs. Right? I think this is. चलो थानू हुण दिखाने आ बुक स्टोर KPU बुक स्टोर कहण नू तां इह बुक स्टोर है बट इत्थे चीज़ां होर भी बहुत कुछ मिलदियां है स्टेशनरी तो इलावा क्लोथ्स एंड बॉटल्स हो गई जो भी नसैसरी हैगियां जिदा चीज़ां बट मैनू गल नहीं समझ आती इन्हां ने कपड़े क्यों रखे हुए आ हुण जिहड़ा बंदा यूनिवर्सिटी आऊगा ऑबवियस है अपने कपड़े पा के ही आऊगा ना आई डोंट नो क्यों रखे हुए आ बट सारिआं ते KPU लिखिआ होइआ कपड़िआं ते जिहड़े ज़्यादा ही फैन ने कुछ तो फिर वो लै सकते अपार्ट फ्रॉम दिस स्नैक्स ने एंड होर मग्स वगैरह ने लैब कोट ने फाइल्स रखी हुए फोल्डर्स तुसी यूज करने कर सकते बट वेरी कॉस्टली बहुत ज़्यादा रेट है इन्हों का पेन्स स्टेशनरी पेन्स भी बहुत कॉस्टली सी पेन ने आई डोंट नो किदां दे चलदे होगे हाईलाइटर्स ये सारी स्टेशनरी है तो तुसी वैसे मैं रिकमेंड करूँगी तुसी बाहरों ही लो ठीक है आ नोटबुक्स ने तुसी बाहरों ही लो बिकॉज सस्ती मिलती है इत्थे तुसी लोगे बहुत कॉस्टली मिलेगी ठीक है पैसे सेव करने होंगे आ स्टूडेंट्स ने जो भी इंटरनेशनल स्टूडेंट्स है पता ही होंगे बहुत सारिया जरूरत ने इस करके मैं यही सुजैसट करूँगी कि बाहरों लै लो स्टेशनरी का समान तो इतों ना लो ठीक है आ सारे पेन ने पेंसिल्स पेन इरेजर्स हाईलाइटर्स बस इदा दी चीज़ां जो जो होंदियां आ ना स्टडी दे वास्ते यूज च आउंदियां ने दिस इज़ एंड ऑफ माई ब्लॉग सो होप कि तुसी इंजॉय किया होगा तो थानू यूनिवर्सिटी भी वधिया लगी होगी असी भी फर्स्ट टाइम आए सी कुछ चीज़ा का नहीं पता सी बट असी लभ लिया पढ़ पढ़ के जे तुसी भी आओ तो तुसी थानू हरेक जगह इत्थे लिखा मिलेगा गाइडेंस प्रॉपर मिलती है बोर्ड लगे हुए हैं थैंक यू सो मच जिन्होंने पूरी वीडियो देखी उम्मीद करती हाँ तुसी अगे भी इदे देखोगे सपोर्ट करोगे शेयर कर दो सबसक्राइब एंड लाइक कर दो अगले ब्लॉग फिर मिलांगे ओके बाय हैव अ नाइस डे